ਡਾਕਟਰ ਵਰਿਆਮ ਸੰਧੂ ਦੀ ਕਹਾਣੀ ਅੱਖਾਂ 'ਚ ਮਰ ਗਈ ਖੁਸ਼ੀ। ਸੁਣਾਓ ਮਾਸਟਰ ਸ਼ਾਮ ਸੁੰਦਰ ਜੀ, ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਗੇ? ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਹਦੇ ਝੁਰੜੀਆਂ ਵਾਲੇ ਮੱਥੇ ਉੱਤੇ ਇੱਕ ਤਿਉੜੀ ਨਵੀਂ ਝੁਰੜੀ ਬਣ ਕੇ ਉੱਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਭੰਡ ਸੰਭਾਲਦੇ ਹੋਏ ਜ਼ੋਰ ਦੀ ਪੈਡਲ ਮਾਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਸਾਈਕਲ ਦਾ ਚੇਨ ਲੱਥ ਜਾਣ ਦੀ ਅਸਫਲਤਾ ਦਾ ਰੂਪ ਧਾਰ ਗਈ। ਉਹ ਡਿੱਗਦਾ ਡਿੱਗਦਾ ਮਸਾਂ ਸੰਭਲਿਆ। ਉਹਨੂੰ ਡਾਕਟਰ ਧਰਮ ਸਿੰਘ ਉੱਤੇ ਖਾਮਖਾ ਫਿਰ ਗੁੱਸਾ ਆ ਰਿਹਾ ਸੀ। ਇਹ ਸਮਾਜਵਾਦ ਦਾ ਰੌਲਾ ਰੱਪਾ ਜਿਹਾ ਉਹ ਕਈ ਚਿਰ ਤੋਂ ਸੁਣਦਾ ਆ ਰਿਹਾ ਸੀ ਅਤੇ ਜਿਹੜੀ ਗੱਲ ਰੌਲਾ ਰੱਪਾ ਬਣ ਕੇ ਹੀ ਰਹਿੰਦੀ ਜਾ ਰਹੀ ਸੀ, ਉਸ ਬਾਰੇ ਸੁਣ ਕੇ ਉਹਦੇ ਮਨ ਦਾ ਸਵਾਦ ਹੋਰ ਵੀ ਖਰਾਬ ਹੋ ਗਿਆ। ਸਾਈਕਲ ਨੂੰ ਚੇਨ ਚੜ੍ਹਾ ਕੇ ਉਹ ਫਿਰ ਤੁਰ ਪਿਆ। ਕਮਜ਼ੋਰ ਬੁੱਢਾ ਸਰੀਰ ਮਸੀ ਪੱਠਿਆਂ ਦੀ ਪੰਡ ਸਾਈਕਲ ਤੋਂ 'ਤੇ ਧੂ ਰਿਹਾ ਸੀ। ਉੱਧਰੋਂ ਹਵਾ ਵੀ ਅੱਗੋਂਦੀ ਸੀ, ਸਾਈਕਲ ਵੀ ਉਹਦਾ ਉਮਰੋਂ ਹਾਣੀ ਲੱਗਦਾ ਸੀ। ਪਿੰਡ ਦੀ ਸੱਥ 'ਚ ਵੜਦਿਆਂ ਉਸ ਮੱਥੇ ਉੱਤੋਂ ਮੁੜਕਾ ਪੂੰਝਿਆ ਡਾਕਟਰ ਧਰਮ ਸਿੰਘ ਉੱਤੇ ਕ੍ਰਿਜਦਾ ਉਹ ਆਪਣੇ ਆਪ ਨਾਲ ਔਖਾ ਹੋਣ ਲੱਗ ਪਿਆ ਕਿ ਸੁਣਾਓ ਮਾਸਟਰ ਸ਼ਾਮ ਸੁੰਦਰ ਜੀ। ਉਹਨੂੰ ਡਾਕਟਰ ਵੱਲੋਂ ਆਪਣੇ ਉੱਤੇ ਕੀਤੇ ਗਏ ਵਿਅੰਗ ਨਾਲੋਂ ਬਹੁਤ ਗੁੱਸਾ ਇਸ ਗੱਲ 'ਤੇ ਆਇਆ ਕਿ ਉਹਨੇ ਉਹਨੂੰ ਮਾਸਟਰ ਸ਼ਾਮ ਸੁੰਦਰ ਜੀ ਕਿਉਂ ਕਿਹਾ ਸੀ। ਸ਼ਾਮ ਸੁੰਦਰ ਉਹ ਆਪ ਹੀ ਬੁੜਬੁੜਾਇਆ। ਆਪਣੇ ਨਾਮ ਬਾਰੇ ਸੋਚਦਿਆਂ ਉਹਨੂੰ ਕਦੇ ਵੀ ਸ਼ਾਮ ਮੁਰਾਰੀ ਕ੍ਰਿਸ਼ਨ ਭਗਵਾਨ ਦੀ ਸੁੰਦਰਤਾ ਚੇਤੇ ਨਹੀਂ ਸੀ ਆਈ, ਸਗੋਂ ਡੁੱਬਦਾ ਹੋਇਆ ਸੂਰਜ ਚੇਤੇ ਆ ਜਾਂਦਾ ਸੀ। ਸ਼ਾਮ ਸੁੰਦਰ ਉਸ ਫੇਰ ਕਿਹਾ ਅਤੇ ਪੱਛਮ ਦੀ ਬੁੱਕਲ 'ਚ ਵੜਦੇ ਜਾਂਦੇ ਸੂਰਜ ਵੱਲ ਤੱਕਿਆ। ਇਹ ਪੈਂਦੀ ਜਾ ਰਹੀ ਸ਼ਾਮ ਉਹਨੂੰ ਕਦੀ ਸੁੰਦਰ ਨਹੀਂ ਸੀ ਲੱਗੀ, ਉਹਨੂੰ ਆਪ ਸਮਝ ਨਹੀਂ ਸੀ ਆਉਂਦੀ ਉਹ ਕਿਉਂ ਆਪਣੇ ਨਾਂ ਨੂੰ ਸ਼ਾਮ ਨਾਲ ਤੁਲਨਾ ਦਿੰਦਾ ਸੀ। ਉਹਨੂੰ ਰਹਿ ਰਹਿ ਕੇ ਐਵੇਂ ਕ੍ਰੋਧ ਆਉਂਦਾ ਕਿ ਉਹਦਾ ਇਹ ਨਾਂ ਕਿਉਂ ਆਏ, ਅਤੇ ਗੁੱਸੇ 'ਚੋਂ ਮੁਗਲ ਸ਼ਹਿਨਸ਼ਾਹ ਜਹਾਂਗੀਰ ਵਰਗੀਆਂ ਮੁੱਛਾਂ ਨੂੰ ਦੰਦਾਂ ਨਾਲ ਟੁੱਕਣ ਲੱਗ ਪੈਂਦਾ। ਹਰ ਸ਼ਾਮ ਉਹਨੂੰ ਸੁੰਦਰ ਨਹੀਂ ਭੱਦੀ ਲੱਗਦੀ ਸੀ। ਸਾਰੀ ਉਮਰ ਪਹਿਲਾਂ ਮਾਸਟਰੀ ਕੀਤੀ, ਹੁਣ ਕੌਮ ਦੇ ਉਸ ਰਈਏ ਨੇ 100 ਸਿਫਾਰਸ਼ਾਂ ਪਾ ਕੇ ਪੇਟ ਪਾਲਣ ਲਈ 5 ਮੀਲ ਦੂਰ ਇੱਕ ਬ੍ਰਾਂਚ ਦਾ ਡਾਕਖਾਨਾ ਲਿਆ ਸੀ। ਸਵੇਰੇ 5 ਮੀਲ ਜਾਂਦਾ, 3 ਪਿੰਡਾਂ ਦੀ ਡਾਕ ਘਰ ਘਰ ਵੰਡਦਾ, ਸ਼ਾਮ ਨੂੰ ਗਾਂ ਅਤੇ ਵੱਛੇ ਜੋਗੇ ਰਾਹ 'ਚੋਂ ਮੁੱਲ ਪਏ ਪੱਠਿਆਂ ਦੀ ਪੰਡ ਟੁੱਟੇ ਸਾਈਕਲ ਉੱਤੇ ਪਿੰਡ ਲਿਆਉਂਦਾ। ਪਿੰਡ ਪਹੁੰਚਦਿਆਂ ਰਾਤ ਪੈ ਰਹੀ ਹੁੰਦੀ, ਉਹਦਾ ਬੁੱਢਾ ਕਮਜ਼ੋਰ ਸਰੀਰ ਥਕੇਵੇਂ ਨਾਲ ਚੂਰ ਹੋਇਆ ਹੁੰਦਾ। ਫਿਰ ਪੱਠੇ ਕੁਤਰ ਕੇ ਗਾਂ ਨੂੰ ਪਾਉਣੇ, ਇੰਝ ਉਹਦੀ ਸਾਰੀ ਦਿਹਾੜੀ ਰੁਝੇਵੇਂ 'ਚ ਲੰਘਦੀ, ਸ਼ਾਮ ਪੈ ਜਾਂਦੀ। ਉਹ ਮਹਿਸੂਸ ਕਰਦਾ ਕਿ ਉਹਦੇ ਕਮਜ਼ੋਰ ਹੁੰਦੇ ਜਾ ਰਹੇ ਬੁੱਢੇ ਸਰੀਰ ਲਈ ਇਹ ਕੰਮ ਜ਼ਿਆਦਾ ਸੀ। ਆਪਸ 'ਚ 2-2 ਮੀਲਾਂ ਦੀ ਵਿੱਥ ਵਾਲੇ 3 ਪਿੰਡਾਂ ਦੀ ਡਾਕ ਵੰਡਣੀ, ਸਾਰੀ ਦਿਹਾੜੀ ਕੇਵਲ 40 ਰੁਪਏ ਪਿੱਛੇ ਸਾਈਕਲ ਚਲਾਉਂਦੇ ਰਹਿਣਾ, ਪਰ ਇਹ ਤਾਂ ਪੇਟ ਦਾ ਸਵਾਲ ਸੀ। ਉਹਦੇ ਜਵਾਬ 'ਚ ਉਹਦੇ ਬੁੱਢੜੇ ਸਰੀਰ ਨੂੰ ਇਹ ਔਖਿਆਈ ਝੱਲਣੀ ਹੀ ਪੈ ਰਹੀ ਸੀ। ਪਰ ਇੰਝ ਸ਼ਾਮ ਨੂੰ ਥਕੇਵੇਂ 'ਚ ਚੂਰ ਹੋਏ ਨੂੰ ਜਦੋਂ ਉਹਨੂੰ ਆਪਣਾ ਨਾਮ ਚੇਤੇ ਆ ਜਾਂਦਾ ਤਾਂ ਉਹਦਾ ਜੀ ਕਰਦਾ ਉਹਦੀ ਮਾਂ ਕੋਲ ਹੋਵੇ, ਉਹਨੂੰ ਪੁੱਛੇ ਕਿ ਉਹਨੇ ਕਿਹਦੇ ਕੋਲੋਂ ਪੁੱਛ ਕੇ ਉਹਦਾ ਇਹ ਨਾਂ ਰੱਖਿਆ ਸੀ। ਸਾਈਕਲ ਤੋਂ ਉਤਰਿਆ, ਖਲੋ ਕੇ ਲੱਕ ਨੂੰ ਸਿੱਧਾ ਕੀਤਾ, ਅੰਗੜਾਈ ਭਰਨ ਦੀ ਕੋਸ਼ਿਸ਼ ਕੀਤੀ, ਲੱਕ 'ਚੋਂ ਚੀਸ ਨਿਕਲੀ ਅਤੇ ਉਹ ਸਾਰੇ ਦਾ ਸਾਰਾ ਜਿਵੇਂ ਇਕੱਠਾ ਹੋ ਗਿਆ। ਮੱਥੇ 'ਤੇ ਤਰੇਲੀ ਆ ਗਈ, ਉਹਦੀ ਜ਼ਿੰਦਗੀ ਦੀ ਸ਼ਾਮ ਵੀ ਕਿੰਨੀ ਸੁੰਦਰ ਸੀ, ਅਤੇ ਐਵੇਂ ਉਹਨੂੰ ਆਪਣੇ ਨਾਂ ਨਾਲ ਫਿਰ ਗੁੱਸਾ ਆ ਗਿਆ। ਇਹ ਭਲਾ ਕੋਈ ਗੱਲ ਵੀ ਸੀ? ਉਸ ਦੂਰੋਂ ਵੇਖਿਆ ਉਹਦੇ ਘਰ ਦੀ ਡਿਉੜੀ ਉੱਤੇ ਚਰਖੇ ਵਾਲਾ ਤਿਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ। ਉਹਨੂੰ ਰਾਹ 'ਚ ਮਿਲੇ ਡਾਕਟਰ ਧਰਮ ਸਿੰਘ ਦਾ ਵਿਅੰਗ ਚੇਤੇ ਆ ਗਿਆ। ਹੁਣੇ ਹੁਣੇ ਦੇਸ਼ ਦੀ ਹਾਕਮ ਪਾਰਟੀ 'ਚ 2 ਧੜੇ ਬਣੇ ਸੀ,
ਅਤੇ ਡਾਕਟਰ ਉਹਨੂੰ ਪੁੱਛ ਰਿਹਾ ਸੀ ਵੀ ਉਹ ਕਿਹੜੇ ਧੜੇ ਨਾਲ ਸ਼ਾਮਿਲ ਹੋ ਕੇ ਸਮਾਜਵਾਦ ਲਿਆਏਗਾ। ਉਹਨੇ ਆਪਣੇ ਕੱਸੇ ਹੋਏ ਕੱਪੜਿਆਂ, ਟੁੱਟੀ ਸਾਈਕਲ ਅਤੇ ਉਸ ਪਿੱਛੇ ਪੱਠਿਆਂ ਦੀ ਪੰਡ ਨੂੰ ਤੱਕਿਆ। ਉਮਰ ਦਾ 62ਵਾਂ ਸਾਲ ਚੇਤੇ ਆਇਆ ਅਤੇ ਉਹ ਸਮਾਜਵਾਦ ਬਾਰੇ ਸੋਚ ਕੇ ਐਵੇਂ ਮੁਸਕਰਾ ਪਿਆ। ਡੇੜੀ ਉੱਤੇ ਤਿਰੰਗਾ ਝੁੱਲ ਰਿਹਾ ਸੀ। ਘਰ ਪਹੁੰਚ ਕੇ ਉਹਨੇ ਡਿਊਟੀ 'ਚ ਸਾਈਕਲ ਤੋਂ ਪੱਠਿਆਂ ਦੀ ਪੰਡ ਉਤਾਰੀ, ਸਾਈਕਲ ਕੰਧ ਨਾਲ ਲਾਇਆ, ਲੱਕ ਅਤੇ ਗੋਡਿਆਂ 'ਚੋਂ ਇਕੱਠੀ ਪੀੜ ਨਿਕਲੀ। ਉਸ ਹੱਥ ਲਾ ਕੇ ਵੇਖਿਆ, ਗੋਡੇ ਸੁੱਜੇ ਹੋਏ ਲੱਗਦੇ ਸੀ। ਇੱਕ ਛਿਣ ਲਈ ਉਹਦੇ ਮਨ 'ਚ ਮਰ ਜਾਣ ਦਾ ਵਿਚਾਰ ਆਇਆ। ਮਾੜੇ ਨੂੰ ਮੌਤ ਵੀ ਕਿੱਥੇ, ਉਸ ਆਪਣੇ ਆਪ ਨੂੰ ਕਿਹਾ, ਇਹ ਵੀ ਸਾਲੇ ਤਗੜਿਆਂ ਨੂੰ ਫੱਟ ਦੇਣੀ ਆਉਂਦੀ ਹੈ। ਚਲੋ ਜੀ, ਹਾਰਟ ਫੇਲ ਹੋ ਗਿਆ ਉਹ ਗਏ, ਅਤੇ ਸਾਡਾ ਹਾਰਟ ਵੀ ਖਬਰੇ ਕਾਹਦਾ ਜਿਹੜਾ ਫੇਲ ਨਹੀਂ ਹੁੰਦਾ। ਸੋਚਦਾ ਸੋਚਦਾ ਉੱਚੀ ਹੁੰਗਾਰ ਪਿਆ, ਸਾਡੇ ਤਾਂ ਮੁੰਡੇ ਹੀ ਫੇਲ ਹੁੰਦੇ ਨੇ। ਉਹਨੂੰ ਛੋਟੇ ਮੁੰਡੇ ਚਰਨ ਦਾਸ ਦਾ ਖਿਆਲ ਆ ਗਿਆ, ਜਿਹੜਾ 3 ਵਾਰ 10ਵੀਂ 'ਚੋਂ ਫੇਲ ਹੋਇਆ ਸੀ ਅਤੇ ਹੁਣ ਬਿਜਲੀ ਦੇ ਮਹਿਕਮੇ 'ਚ ਖੰਭੇ ਗੱਡਣ ਵਿੱਚ ਭਰਤੀ ਹੋ ਗਿਆ ਸੀ। ਵਿਹੜੇ ਵਿੱਚ ਦੀ ਹੁੰਦਾ ਉਹ ਸਿੱਧਾ ਅੰਦਰ ਲੰਘ ਗਿਆ। ਚੌਂਕੇ 'ਚ ਵੱਡੀ ਧੀ ਸੁਸ਼ਮਾ ਅਤੇ ਉਹਦੀ ਮਾਂ ਬੈਠੀਆਂ ਸਨ। ਵੱਡੇ ਲੜਕੇ ਧਰਮਪਾਲ ਦੀ ਵਿਧਵਾ ਨਲਕੇ ਲਾਗੇ ਬੈਠੀ ਕੋਈ ਕੱਪੜਾ ਧੋ ਰਹੀ ਸੀ। ਕਿਸੇ ਵੱਲ ਵੀ ਵੇਖ ਕੇ ਉਹਦੇ ਮਨ ਨੂੰ ਕੋਈ ਖੁਸ਼ੀ ਨਹੀਂ ਹੋਈ। ਕਮਰੇ ਅੰਦਰ ਵੜਦਿਆਂ ਉਹ ਮੰਜੇ 'ਤੇ ਧੈ ਕਰਕੇ ਡਿੱਗ ਪਿਆ। ਦਰਵਾਜ਼ੇ 'ਚੋਂ ਵੇਖਿਆ ਬਾਹਰ ਡਿਊਟੀ ਉੱਤੇ ਝੁੱਲਦਾ ਤਿਰੰਗਾ ਦਿਸ ਰਿਹਾ ਸੀ। ਉੱਧਰੋਂ ਧਿਆਨ ਪਰਤਾ ਕੇ ਉਹਨੇ ਅੰਗੀਠੀ ਵੱਲ ਤੱਕਿਆ। ਧਰਮਪਾਲ ਦੀ ਫੋਟੋ ਕੋਲ ਸ਼ਹੀਦ ਭਗਤ ਸਿੰਘ ਦੀ ਇੱਕ ਸੁਮੈਲੀ ਤਸਵੀਰ ਫਰੇਮ ਕੀਤੀ ਪਈ ਸੀ ਅਤੇ ਉਹਦੀਆਂ ਅੱਖਾਂ ਤੋਂ ਦ੍ਰਿਸ਼ ਗੁਜ਼ਰ ਗਿਆ। ਉਹਨੂੰ ਚੰਗੀ ਤਰ੍ਹਾਂ ਚੇਤੇ ਸੀ, ਉਹ ਉਦੋਂ ਕਸੂਰ ਪੜ੍ਹਦੇ ਸੀ, ਅੰਗਰੇਜ਼ ਵਾਇਸ ਰਾਏ ਲਾਹੌਰ ਆ ਰਿਹਾ ਸੀ। ਹੋਰਨਾਂ ਸਕੂਲਾਂ ਵਾਂਗ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਵੀ ਸਕਾਊਟਾਂ ਦੇ ਰੂਪ ਵਿੱਚ ਵਾਇਸ ਰਾਏ ਦੇ ਸਵਾਗਤ ਲਈ ਲਾਹੌਰ ਗਏ ਸਨ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ 'ਚ ਯੂਨੀਅਨ ਜੈਕ ਫੜੇ ਹੋਏ ਸਨ। ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ ਫੁੱਲਣ ਲਈ ਸੰਘ ਪਾੜ ਪਾੜ ਕੇ ਨਾਅਰੇ ਲਾ ਰਹੇ ਸਨ। ਉਹ ਅਤੇ ਉਹਦਾ ਬੜਾ ਹੀ ਪਿਆਰਾ ਸਾਥੀ ਮਰਾਜਦੀਨ ਯੂਨੀਅਨ ਜੈਕ ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸੀ। ਅਚਾਨਕ ਹੀ ਗਲੀ 'ਚੋਂ ਕੁਝ ਨੌਜਵਾਨ ਨਿਕਲੇ ਅਤੇ ਉਹਨਾਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਅਪ ਅਪ ਦ ਨੈਸ਼ਨਲ ਫਲੈਗ, ਡਾਊਨ ਡਾਊਨ ਦ ਯੂਨੀਅਨ ਜੈਕ, ਇਨਕਲਾਬ ਜ਼ਿੰਦਾਬਾਦ। ਉਹਨਾਂ ਦੀ ਆਵਾਜ਼ 'ਚ ਗਰਜ਼ ਸੀ। ਨੈਸ਼ਨਲ ਫਲੈਗ ਕਿਧਰੇ ਨਹੀਂ ਸੀ ਦਿਸਦਾ, ਪਰ ਯੂਨੀਅਨ ਜੈਕ ਸ਼ਾਮ ਸੁੰਦਰ ਅਤੇ ਮਰਾਜਦੀਨ ਨੇ ਆਪਣੇ ਹੱਥਾਂ 'ਚ ਘੁੱਟ ਕੇ ਫੜਿਆ ਸੀ, ਉੱਚਾ ਚੁੱਕਿਆ ਹੋਇਆ। ਅਪ ਅਪ ਦ ਨੈਸ਼ਨਲ ਫਲੈਗ, ਡਾਊਨ ਡਾਊਨ ਦ ਯੂਨੀਅਨ ਜੈਕ, ਨੌਜਵਾਨ ਨਾਅਰੇ ਲਾ ਰਹੇ ਸਨ। ਸ਼ਾਮ ਸੁੰਦਰ ਨੇ ਉਹਨਾਂ ਵਿੱਚੋਂ ਲੰਮੇ ਗੱਭਰੂ ਦੇ ਚਿਹਰੇ ਵੱਲ ਵੇਖਿਆ, ਜੋ ਜ਼ੋਰ ਜ਼ੋਰ ਦੇ ਨਾਅਰੇ ਲਾ ਰਿਹਾ ਸੀ। ਕਿੰਨਾ ਜਲਾਲ ਸੀ ਉਹਦੇ ਚਿਹਰੇ ਉੱਤੇ, ਕਿੰਨਾ ਜੋਸ਼ ਸੀ ਉਹਦੇ ਬੋਲਾਂ ਵਿੱਚ, ਅਤੇ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਅੱਗੇ ਜਲ੍ਹਿਆਂਵਾਲੇ ਬਾਗ 'ਚ ਚੱਲਦੀ ਗੋਲੀ ਦਾ ਦ੍ਰਿਸ਼ ਆ ਗਿਆ, ਜਿੱਥੇ ਉਹਦਾ ਪਿਤਾ ਗੁਲਾਮੀ ਦੀ ਛੱਟ ਉਤਾਰਨ ਅਤੇ ਸੱਚ ਦੀ ਆਵਾਜ਼ ਉੱਚੀ ਕਰਨ ਗਿਆ ਗੋਲੀ ਦਾ ਨਿਸ਼ਾਨਾ ਬਣ ਗਿਆ ਸੀ। ਨੌਜਵਾਨ ਨਾਅਰਾ ਲਾ ਰਿਹਾ ਸੀ, ਡਾਊਨ ਡਾਊਨ ਦ ਯੂਨੀਅਨ ਜੈਕ। ਸ਼ਾਮ ਸੁੰਦਰ ਨੇ ਮਰਾਜਦੀਨ ਵੱਲ ਵੇਖਿਆ, ਦੋਹਾਂ ਦੀਆਂ ਅੱਖਾਂ ਮਿਲੀਆਂ, ਅੱਖਾਂ ਹੀ ਅੱਖਾਂ 'ਚ, ਜਿਵੇਂ ਉਹਨਾਂ ਨੇ ਕੋਈ ਫੈਸਲਾ ਕਰ ਲਿਆ। ਉਹਨਾਂ ਨੇ ਹੱਥਾਂ 'ਚ ਫੜਿਆ ਹੋਇਆ ਯੂਨੀਅਨ ਜੈਕ ਮੋਢਾ ਕਰ ਦਿੱਤਾ। ਸਕੂਲ ਜਾ ਕੇ ਉਹਨੂੰ ਅਤੇ ਮਰਾਜਦੀਨ ਨੂੰ ਅਧਿਆਪਕ ਕੋਲੋਂ ਅੰਤਾਂ ਦੀ ਮਾਰ ਖਾਣੀ ਪਈ ਸੀ। ਕਈ ਦਿਨਾਂ ਤੱਕ ਉਹਨਾਂ ਦੇ ਹੱਥ ਸੁੱਜੇ ਰਹੇ ਸੀ, ਪਰ ਉਹ ਖੁਸ਼ ਸੀ ਕਿ ਉਹਨਾਂ ਨੇ ਯੂਨੀਅਨ ਜੈਕ ਨੀਵਾਂ ਕਰਤਾ ਸੀ। ਅਤੇ ਪਿੱਛੋਂ ਜਦ ਉਹਨੂੰ ਪਤਾ ਲੱਗਾ ਕਿ ਉਹ ਨੌਜਵਾਨ ਸਰਦਾਰ ਭਗਤ ਸਿੰਘ ਅਤੇ ਉਹਦੇ ਸਾਥੀ ਸਨ, ਤਾਂ ਉਹਨੇ ਇਹ ਗੱਲ ਮਹਾਰਾਜਦੀਨ ਨੂੰ ਬੜੀ ਖੁਸ਼ੀ ਨਾਲ ਦੱਸੀ। ਅਤੇ ਬਾਅਦ 'ਚ ਜਦੋਂ ਭਗਤ ਸਿੰਘ ਕੌਮੀ ਹੀਰੋ ਬਣ ਗਿਆ ਸੀ ਅਤੇ ਉਹਦੀ ਸ਼ਹੀਦੀ ਨੇ ਜਵਾਨਾਂ ਦੇ ਦਿਲਾਂ 'ਚ ਨਵਾਂ ਰਾਂਗਲਾ ਉਤਸ਼ਾਹ ਭਰ ਦਿੱਤਾ ਸੀ, ਉਦੋਂ ਸ਼ਾਮ ਸੁੰਦਰ ਨੂੰ ਆਪਣੇ ਆਪ 'ਤੇ ਫਖਰ ਆਉਂਦਾ
ਕਿ ਉਹਨੇ ਭਗਤ ਸਿੰਘ ਦੇ ਕਹੇ ਉੱਤੇ ਯੂਨੀਅਨ ਜੈਕ ਨੀਵਾਂ ਕਰਤਾ ਸੀ। ਉਸ ਅਤੇ ਮਹਾਰਾਜ ਦਿਨ ਦੋਹਾਂ ਨੇ ਭਗਤ ਸਿੰਘ ਦੀ ਇੱਕ ਇੱਕ ਫੋਟੋ ਅਖਬਾਰਾਂ 'ਚ ਕੱਟ ਕੇ ਰੱਖ ਲਈ ਸੀ। ਇਹ ਉਹ ਦਿਨ ਸਨ ਜਦੋਂ ਭਗਤ ਸਿੰਘ ਦੀ ਫੋਟੋ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਸੀ ਅਤੇ ਉਹ ਫੋਟੋ ਅੱਜ ਉਹ ਅੰਗੀਠੀ 'ਤੇ ਪਈ ਵੇਖ ਰਿਹਾ ਸੀ। ਇਹ ਨਜ਼ਾਰਾ ਉਹਦੇ ਸਰੀਰ ਨੂੰ ਗਰਮਾ ਰਿਹਾ ਸੀ। ਉਹਨੇ ਤਸਵੀਰ ਵੱਲ ਵੇਖ ਕੇ ਮੁੜ ਤਿਰੰਗੇ ਵੱਲ ਤੱਕਿਆ। ਝੰਡਾ ਹਵਾ ਨੂੰ ਚੁੰਮਦਾ ਫਰਫਰਾ ਰਿਹਾ ਸੀ, ਪਰ ਉਹਦੇ ਮਨ ਨੂੰ ਉਹ ਖੁਸ਼ੀ ਨਾ ਹੋਈ ਜੋ ਯੂਨੀਅਨ ਜੈਕ ਨੂੰ ਨੀਵਾਂ ਕਰਕੇ ਅਤੇ ਤਿਰੰਗੇ ਝੰਡੇ ਨੂੰ ਉੱਚਾ ਕੀਤਿਆਂ ਉਹਨੂੰ ਮਿਲਣੀ ਚਾਹੀਦੀ ਸੀ। ਕਈ ਸਾਲ ਉਹਨੂੰ ਨਿਰਾਸ਼ ਹੋਣਾ ਪਿਆ ਸੀ, ਅਜੇ ਵੀ ਉਹਨੂੰ ਆਸ ਸੀ ਕਿ ਖੁਸ਼ੀ ਉਹਨੂੰ ਪ੍ਰਾਪਤ ਹੋਏਗੀ। ਉਹਦੇ ਪਿਤਾ ਨੇ ਐਵੇਂ ਤਾਂ ਨਹੀਂ ਸੀ ਜਲ੍ਹਿਆਂਵਾਲੇ ਬਾਗ 'ਚ ਗੋਲੀ ਖਾਧੀ? ਭਗਤ ਸਿੰਘ ਅਤੇ ਉਹਦੇ ਸਾਥੀਆਂ ਨੇ ਐਵੇਂ ਤਾਂ ਨਹੀਂ ਸੀ ਫਾਂਸੀ ਦਾ ਰਸਤਾ ਚੁੰਮਿਆ? ਉਹਨੇ ਆਪ ਐਵੇਂ ਤਾਂ ਨਹੀਂ ਸੀ ਯੂਨੀਅਨ ਜੈਕ ਨੂੰ ਨੀਵਾਂ ਕਰਕੇ ਬੈਂਤਾਂ ਦੀ ਮਾਰ ਖਾਧੀ? ਅਤੇ ਕਈ ਸਾਲ ਉਹ ਆਪਣੇ ਦਿਲ ਨੂੰ ਖੁਸ਼ੀ ਦੀ ਆਮਦ ਦੇ ਭੁਲੇਖੇ ਦਾ ਧੋਖਾ ਦਿੰਦਾ ਰਿਹਾ ਸੀ। ਕਈ ਸਾਲ ਤੋਂ ਚਰਖੇ ਵਾਲਾ ਤਿਰੰਗਾ ਉਹਦੀ ਡਿਊਟੀ ਉੱਤੇ ਝੁੱਲ ਰਿਹਾ ਸੀ, ਪਰ ਖੁਸ਼ੀ ਅਜੇ ਨਹੀਂ ਸੀ ਆਈ। ਖੁਸ਼ੀ ਖਬਰੇ ਭੁੱਲ ਕੇ ਕਿਹੜੇ ਮਹਿਲਾਂ 'ਚ ਜਾ ਵੜੀ ਸੀ? ਮੈਂ ਕਿਹਾ ਸਗੋਂ ਰਾਜ਼ੀ ਹੋ ਨਾ, ਗਾਂ ਨੂੰ ਪੱਠੇ ਨਹੀਂ ਕੁਤਰ ਕੇ ਪਾਉਣੇ। ਉਹਦੀ ਪਤਨੀ ਧੰਨ ਦੇਵੀ ਅੰਦਰ ਆਈ ਅਤੇ ਉਹਦੇ ਚਿਹਰੇ ਵੱਲ ਤੱਕਣ ਲੱਗੀ। ਉਹ ਇੱਕ ਟੱਕ ਝੰਡੇ ਵੱਲ ਦੇਖੀ ਜਾ ਰਿਹਾ ਸੀ ਜਿਵੇਂ ਉਹਨੂੰ ਘੂਰ ਰਿਹਾ ਹੋਵੇ। ਧੰਨ ਦੇਵੀ ਖਾਮੋਸ਼ ਉਹਦਾ ਉੱਤਰ ਉਡੀਕ ਰਹੀ ਸੀ, ਪਰ ਕੋਈ ਉੱਤਰ ਨਾ ਆਇਆ। ਧੰਨ ਦੇਵੀ ਦੇ ਹੋਠ ਫਰਕ ਉੱਠੇ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ, ਅਤੇ ਆਖਰ ਉਸ ਡਰਦੀ ਨੇ ਪੁੱਛਣ ਦਾ ਹੌਸਲਾ ਕਰ ਹੀ ਲਿਆ। ਸੁਣਾਓ, ਕੁੜੀ ਵਾਸਤੇ ਕੋਈ ਕੰਮ ਬਣਿਆ? ਕਈ ਦਿਨ ਵਿਚਾਰੀ ਨੂੰ ਆਈ ਨੂੰ ਹੋ ਗਏ ਨੇ। ਉਹਨੇ ਪਤੀ ਦੇ ਝੁਰੜੀਆਂ ਵਾਲੇ ਚਿਹਰੇ ਵੱਲ ਤੱਕਣਾ ਸ਼ੁਰੂ ਕੀਤਾ। ਉਹਦੇ ਚਿਹਰੇ ਤੋਂ ਕੁਝ ਲੱਭਣਾ ਚਾਹੁੰਦੀ ਸੀ, ਪਰ ਜਿਵੇਂ ਸਾਰਾ ਕੁਝ ਉਹਦੀਆਂ ਝੁਰੜੀਆਂ ਦੇ ਜੰਗਲ 'ਚ ਗੁਆਚ ਗਿਆ ਸੀ। ਦੋ ਚੌਂ ਥਾਵਾਂ ਤੋਂ ਪੁੱਛਿਆ ਸੀ, ਵਿਆਜ ਦੇਣ ਬਾਰੇ ਵੀ ਮੈਂ ਤਾਂ ਆਖਿਆ ਸੀ, ਪਰ ਕੋਈ ਕੰਜਰ ਨੰਨਾ ਨਹੀਂ ਧਰਦਾ। ਤੂੰ ਸੁਸ਼ਮਾ ਨੂੰ ਆਪ ਕੁਝ ਨਾ ਕਹੀ, ਮੈਂ ਆਪੇ ਗੱਲ ਕਰ ਲਾਂਗਾ। ਉਹ ਜਿਵੇਂ ਖੂਹ 'ਚੋਂ ਬੋਲ ਰਿਹਾ ਸੀ। ਛੋਟੀ ਕੁੜੀ ਬਿਮਲਾ ਉਂਝ ਗਰੀਬ ਘਰ ਵਿਆਹੀ ਸੀ ਅਤੇ ਸਦਾ ਕੁਝ ਨਾ ਕੁਝ ਮੰਗਦੀ ਰਹਿੰਦੀ ਸੀ, ਅਤੇ ਵੱਡੀ ਸੁਸ਼ਮਾ ਅਮੀਰ ਘਰ ਵਿਆਹੀ ਸੀ, ਪਰ ਇਹ ਅਮੀਰ ਗਰੀਬਾਂ ਨਾਲੋਂ ਵੀ ਭੁੱਖੇ ਨਿਕਲੇ ਸਨ। ਦਾਜ ਘੱਟ ਲਿਜਾਣ ਕਰਕੇ ਉਹਦਾ ਸੱਸ ਸਹੁਰਾ ਸਦਾ ਹੀ ਸੁਸ਼ਮਾ ਨਾਲ ਨੱਕ ਮੂੰਹ ਵੱਟਦੇ ਰਹਿੰਦੇ ਸਨ। ਜ਼ਰਾ ਜ਼ਰਾ ਜਿੰਨੀ ਗੱਲ 'ਤੇ ਸੱਸ ਉਹਨੂੰ ਝਿੜਕਦੀ ਝੰਬਦੀ ਰਹਿੰਦੀ ਸੀ। ਹੁਣ ਉਹਦੇ ਪਤੀ ਨੇ ਭੇਜਿਆ ਸੀ ਕਿ ਜਾ ਕੇ ਉਹ ਘੱਟੋ ਘੱਟ 500 ਰੁਪਈਆ ਪੇਕਿਆਂ ਤੋਂ ਲਿਆਵੇ। ਉਹਨੇ ਮੋਟਰਸਾਈਕਲ ਖਰੀਦਣਾ ਹੈ, ਰੁਪਏ ਨਹੀਂ ਲਿਆਉਣੇ ਤਾਂ ਉਸ ਕਿਹਾ ਸੀ ਇੱਥੇ ਆਉਣ ਦੀ ਵੀ ਕੋਈ ਲੋੜ ਨਹੀਂ। ਅਤੇ ਹੁਣ ਕਈ ਦਿਨਾਂ ਤੋਂ ਸੁਸ਼ਮਾ ਪੇਕੇ ਆਈ ਬੈਠੀ ਸੀ, ਪਰ ਅਜੇ ਤੱਕ ਪੈਸਿਆਂ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੋ ਸਕਿਆ। ਅਤੇ ਸ਼ਾਮ ਸੁੰਦਰ ਧੰਨ ਦੇਵੀ ਵੱਲ ਵੇਖਦਾ ਆਪਣੀਆਂ ਮੁੱਛਾਂ ਟੁੱਕਣ ਲੱਗ ਪਿਆ। ਸੁਸ਼ਮਾ ਦੇ ਘਰ ਵਾਲੇ ਦਾ ਅੱਜ ਖਾਤਾ ਆਇਆ, ਊਟ ਪਟਾਂਗ ਲਿਖ ਮਾਰਿਆ ਸੂ। ਕੁੜੀ ਅੱਗੇ ਸਵੇਰ ਦੀ ਰੋ ਰੋ ਕੇ ਆਪਣਾ ਆਪ ਹੰਘਾਲ ਬੈਠੀ ਹੈ। ਧੰਨ ਦੇਈ ਦੇ ਬੋਲ ਥਿੜਕ ਗਏ, ਉਹਦਾ ਗੱਚ ਭਰ ਆਇਆ, ਪਰ ਸ਼ਾਮ ਸੁੰਦਰ ਅੱਗੋਂ ਕੁਛ ਨਹੀਂ ਬੋਲਿਆ। ਉਂਝ ਦਾ ਉਂਝ ਝੰਡੇ ਨੂੰ ਘੂਰੀ ਜਾ ਰਿਹਾ ਸੀ। ਧਰਮਪਾਲ ਦਾ ਮੁੰਡਾ ਵੀ ਰੋਂਦਾ ਸੀ, ਉਹਦੇ ਕੱਪੜੇ ਪਾਟੇ ਹੋਏ ਨੇ ਸਾਰੇ, ਬਸਤਾ ਤਾਂ ਕਿਤਾਬਾਂ ਪਾਉਣ ਵਾਲਾ ਸਾਰਾ ਹੀ ਔਂਤਰਾ ਪਾਟ ਗਿਆ। ਬੋਲਦੀ ਬੋਲਦੀ ਚੁੱਪ ਕਰ ਗਈ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਕੋਲ ਪਈ, ਆਪਣੇ ਵੱਡੇ ਪੁੱਤਰ ਧਰਮਪਾਲ ਦੀ ਫੋਟੋ ਵੇਖਣ ਲੱਗ ਪਈ, ਜਿਹੜਾ ਪੁੱਤਰ ਭਾਰਤ ਪਾਕਿਸਤਾਨ ਦੀ ਲੜਾਈ 'ਚ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ। ਸ਼ਾਮ ਸੁੰਦਰ ਦੀਆਂ ਨਜ਼ਰਾਂ ਵੀ ਧੰਨ ਦੇਈ ਨਾਲ ਹੀ ਫੋਟੋ ਵੱਲ ਮੁੜ ਪਈਆਂ। ਫੋਟੋ ਹੇਠਾਂ ਲਿਖਿਆ ਸੀ ਕਿ ਫਲਾਂ ਸੈਕਟਰ 'ਚ ਇੰਨੀ ਤਰੀਕ ਨੂੰ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ। ਦੇਸ਼ ਦੀ ਰੱਖਿਆ? ਉਹ ਬੁੜਬੁੜ ਆਇਆ। ਦੇਸ਼ ਦੀ ਰੱਖਿਆ ਕਰਨ ਵਾਲੇ ਦੇ ਮਰ ਜਾਣ ਪਿੱਛੋਂ ਉਹਦੇ ਪਰਿਵਾਰ ਦੀ ਰੱਖਿਆ ਕਰਨਾ ਕਿਹਦਾ ਫਰਜ਼ ਬਣਦਾ?
ਉਸ ਸੋਚਿਆ ਤੇ ਫਿਰ ਭਗਤ ਸਿੰਘ ਦੀ ਤਸਵੀਰ ਵੱਲ ਵੇਂਦਿਆਂ ਖਬਰੇ ਉਹਨੂੰ ਕਿਵੇਂ ਮਹਾਰਾਜ ਦੀਨ ਚੇਤੇ ਆ ਗਿਆ। ਸੋਚਣ ਲੱਗਾ ਉਹ ਤੇ ਮਹਾਰਾਜ ਦੀਨ ਆਪਸ 'ਚ ਕਿਵੇਂ ਲੜ ਸਕਦੇ ਹਨ, ਉਹਦਾ ਪੁੱਤਰ ਤੇ ਮਹਾਰਾਜ ਦੀਨ ਦਾ ਪੁੱਤਰ ਇੱਕ ਦੂਜੇ ਦੀ ਹਿੱਕ 'ਚ ਕਿਹੜੀ ਗੱਲੋਂ ਗੋਲੀ ਮਾਰ ਸਕਦੇ ਹਨ, ਉਹਨਾਂ ਨੂੰ ਇੱਕ ਦੂਜੇ ਤੋਂ ਰੱਖਿਆ ਕਰਨ ਦੀ ਲੋੜ ਕਿਵੇਂ ਭਾਸ ਸਕਦੀ ਹੈ। ਅਤੇ ਉਹਨੂੰ ਇਸ ਮਾਮਲੇ ਦੀ ਸਮਝ ਨਾ ਆਈ, ਉਹਦਾ ਜੀ ਕੀਤਾ ਉੱਚੀ ਸਾਰੀ ਚੀਕੇ, ਪਰ ਚੀਕ ਜਿਵੇਂ ਉਹਦੇ ਸੰਘ ਚੜ੍ਹ ਗਈ। ਧੰਨ ਦੇਵੀ ਚੁੱਪ ਕੀਤੀ ਦਰਵਾਜ਼ੇ 'ਚੋਂ ਬਾਹਰ ਨਿਕਲ ਗਈ। ਉਸੇ ਵੇਲੇ ਸ਼ਾਮ ਸੁੰਦਰ ਦਾ ਪੋਤਰਾ ਧਰਮਪਾਲ ਦਾ ਮੁੰਡਾ ਅੰਦਰ ਆਇਆ। ਉਸ 'ਤੇ ਡਿੱਗਦਾ ਬੋਲਿਆ, ਬਾਊ ਜੀ ਮੈਨੂੰ ਕੱਪੜੇ ਬਣਾ ਦਿਓ, ਸਾਰੇ ਪਾਟ ਗਏ ਨੇ, ਨਾਲੇ ਬਸਤਾ ਤਾਂ ਮੇਰਾ ਹੈ ਹੀ ਨਹੀਂ। ਬਾਊ ਜੀ ਪਰਸੋਂ ਦਾ ਕਿਤਾਬਾਂ ਵੀ ਹੱਥ 'ਚ ਫੜ ਕੇ ਲਿਜਾਣਾ, ਇੰਝ ਮੁੰਡੇ ਚੱਕ ਲੈਂਦੇ ਆ। ਬਾਊ ਜੀ ਲੈ ਦਿਓ ਨਾ, ਉਹਨੇ ਤਰਲਾ ਕੀਤਾ। ਸ਼ਾਮ ਸੁੰਦਰ ਨੇ ਉਹਦੀ ਪਿੱਠ 'ਤੇ ਹੱਥ ਫੇਰਿਆ, ਫਿਰ ਭਗਤ ਸਿੰਘ ਅਤੇ ਧਰਮਪਾਲ ਦੀਆਂ ਤਸਵੀਰਾਂ ਵੱਲ ਤੱਕਿਆ। ਪਤਾ ਨਹੀਂ ਉਹਦੇ ਚਿਹਰੇ 'ਤੇ ਕਿਹੋ ਜਿਹਾ ਅਜੀਬ ਪ੍ਰਭਾਵ ਸੀ। ਬੱਚਾ ਫਿਰ ਕੁਛ ਨਾ ਬੋਲਿਆ। ਸਾਹਮਣੇ ਵਿਹੜੇ 'ਚ ਸੁਸ਼ਮਾ ਕੋਈ ਕੰਮ ਕਰਨ ਲਈ ਦੋ ਵਾਰ ਇੱਧਰ ਉੱਧਰ ਗਈ, ਉਸ ਵੱਲ ਵੀ ਅੱਖਾਂ ਪਾੜ ਪਾੜ ਵੇਖਣ ਲੱਗਾ। ਉਹਦੇ ਮਨ 'ਚ ਕਈ ਵਿਚਾਰ ਇੱਕ ਦੂਜੇ ਨੂੰ ਦਬਾਉਂਦੇ ਗੁਜ਼ਰ ਰਹੇ ਸਨ। ਉਹ ਚੁੱਪ ਚਾਪ ਉੱਠਿਆ, ਵਿਹੜੇ 'ਚ ਹੁੰਦਾ ਹੋਇਆ ਡਿਉੜੀ ਦੀਆਂ ਪੌੜੀਆਂ ਚੜ੍ਹ ਗਿਆ। ਕੋਠੇ ਤੋਂ ਉਤਰ ਕੇ ਉਹਨੇ ਰਸੋਈ ਵੱਲ ਹੁੰਦਿਆਂ ਜਿੱਥੇ ਸਾਰਾ ਪਰਿਵਾਰ ਬੈਠਾ ਸੀ, ਧੰਨ ਦੇਵੀ ਵੱਲ ਚਰਖੇ ਵਾਲਾ ਤਿਰੰਗਾ ਝੰਡਾ ਸੁੱਟਦਿਆਂ ਕਿਹਾ, ਲੈ ਇਹਨੂੰ ਪਾੜ ਕੇ ਮੁੰਡੇ ਨੂੰ ਬਸਤਾ ਤਾਂ ਬਣਾ ਦੇ, ਬਾਕੀ ਫੇਰ। ਸਾਰਾ ਪਰਿਵਾਰ ਹੈਰਾਨ ਹੋਇਆ ਉਹਦੇ ਚਿਹਰੇ ਵੱਲ ਦੇਖ ਰਿਹਾ ਸੀ। ਧੰਨ ਦੇਵੀ ਕੰਬਦੇ ਹੱਥਾਂ ਨਾਲ ਝੰਡੇ ਦਾ ਕੱਪੜਾ ਸੰਭਾਲ ਰਹੀ ਸੀ। ਸਾਰਿਆਂ ਦੀਆਂ ਅੱਖਾਂ 'ਚ ਪਾਣੀ ਸਿਮ ਆਇਆ, ਪਰ ਸ਼ਾਮ ਸੁੰਦਰ ਦੀ ਆਪਣੀ ਅੱਖਾਂ ਖੁਸ਼ਕ ਸਨ। ਉਹਨੂੰ ਮਹਿਸੂਸ ਹੋਇਆ ਜਿਵੇਂ ਸਾਰਿਆਂ ਦੀਆਂ ਅੱਖਾਂ 'ਚ ਉਹ ਖੁਸ਼ੀ ਮਰ ਗਈ ਸੀ ਜਿਹੜੀ ਖੁਸ਼ੀ ਯੂਨੀਅਨ ਜੈਕ ਦੇ ਨੀਵੇਂ ਹੋਣ ਤੋਂ ਪਿੱਛੋਂ ਤਿਰੰਗੇ ਝੰਡੇ ਦੇ ਉੱਚੇ ਹੋਣ ਨਾਲ ਆਉਣੀ ਸੀ, ਜਿਸ ਨੂੰ ਉਹ ਕਈ ਸਾਲ ਉਡੀਕਦਾ ਰਿਹਾ ਸੀ, ਅਤੇ ਜਿਸ ਖੁਸ਼ੀ ਲਈ ਉਹਦੇ ਪਿਤਾ ਨੇ ਜਲ੍ਹਿਆਂਵਾਲੇ ਬਾਗ 'ਚ ਗੋਲੀ ਖਾਧੀ ਸੀ, ਜਿਸ ਖੁਸ਼ੀ ਲਈ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ, ਜਿਸ ਖੁਸ਼ੀ ਦੀ ਉਡੀਕ 'ਚ ਉਹਨੇ ਅਤੇ ਮਹਾਰਾਜ ਦੀਨ ਨੇ ਬੈਂਤਾਂ ਦੀ ਮਾਰ ਖਾਧੀ ਸੀ, ਅਤੇ ਸ਼ਾਇਦ ਜਿਸ ਖੁਸ਼ੀ ਨੂੰ ਉਡੀਕਦਾ ਉਹਨਾਂ ਦਾ ਪੁੱਤਰ ਧਰਮਪਾਲ ਪਤਾ ਨਹੀਂ ਕਿਹਦੇ ਲਈ ਲੜਦਾ ਮਰ ਗਿਆ ਸੀ। ਧੰਨਵਾਦ।